तारा जी अज असी एक ऐसे घर आए हैं कि उहदा घर नहीं इस तरह का एक बीबी नहीं एक भैन नहीं एक खानदान नहीं बल्कि हर पिंड च दर्जना लोग ने जिन्हां को अपना एक कमरा भी नहीं है और की करते हैं कि सरकारी टेंडरां दे विच या मुश्तरका हाथियां दे विच उह जिहड़े वीरान पए हुंदे ने जिहदी कोई चार दीवारी हुंदी उत्थे कोई टुटा फटा जिहड़ा कमरा दित्ता जांदा वा असीं दिखा सकदे हां कि इह दिखो सारा पूरा अहाता वा इह सारा अहाता वा और इस अहाते विच आ जाओ तारे जाओ इह सारा अहाता वा इस अहाते च लोक अपने डंगर डूंगर बांधते हैं और उत्थे उन्हां गरीबां नूं जगह दित्ती जांदी आ कि तुसीं वी इत्थे रह लो कोई सहूलत नहीं हुंदी ते आओ जी चलदे आ वैसे पानी पूनी दा वी कोई बंदोबस्त कोई नलका नहीं है हाँ जी हाँ जी आओ जी थोड़ी जाओ कुछ जी अस्सलाम वालेकुम भैन जी की नाम मेरी भैन दा नसीम अख्तर ये बेटी है हाँ जी अच्छा कितने बच्चे जी तीन बच्चे ने ते मियां तुहाडा की करदा मेहनत मजदूरी पिंड मेहनत मजदूरी की होंगी कि किसी जिमीदार के पट्ठे वढ़ते किसी जिमीदार का काम करता तो कुछ जान लगे उन्हें पट्ठे देते तूड़ी देती या कभी कोई चीज दे दी गई अच्छा ये की करते पे हो बेटी की कर रही है लसन चीज दे रहे अच्छा लसन है अपना बनाया लगाया सी अच्छा बड़ी अच्छी गल है कि पिंड सहूलत मिल जाए ना देसी लसन अच्छा अच्छा दसो भैन जी के सानू पता लगा कि तुहाडा अपना घर ही कोई नहीं गा किसे पासे नहीं है कितना अच्छा हो गया तुहाडी शादी नु साडी शादी नु होवे 12-13 साल हो गए 12-13 साल हो गए और एक कमरा नसीब नहीं होया नहीं ए हुण किसे दे हाथे च रहंदे हो जी अच्छा इहदा किराया देंदे हो नहीं वैसे उन्हें खुदा तरसी करके लेकिन इहनू असीं कमरा नहीं कह सकदे इह हुंदा जानवरां दे चारा चूरा रखण वास्ते औजार जिहड़े हुंदे काश्तकार दे ओह रखण वास्ते कमरा हुंदा चलो इह हुंदी मेहरबानी इह दाणा दी ढाला जिहड़ा ਲੋਕਾਂ ਦੇ ਟੈਰਸ ਜਿਹੜੇ ਕਰੋੜਾਂ ਰੁਪਏ ਲੱਗੇ ਹੁੰਦੇ ਅਤੇ ਇਹ ਟੈਰਸ ਜੇ ਹੁੰਦਾ ਅੱਜ 'ਚ ਅਸੀਂ ਬੈਠੇ ਹਾਂ ਸਾਨੂੰ ਸੋਚਣਾ ਚਾਹੀਦਾ ਵਾ ਉਹਨਾਂ ਲੋਕਾਂ ਨੂੰ ਕਦੀ ਕਦੀ ਵੇਖਣਾ ਚਾਹੀਦਾ ਆਣ ਕੇ ਕਿ ਇਹ ਧੁੱਪ ਤੋਂ ਬਚਾਉ ਵਾਸਤੇ ਕਿਆ ਹੈ ਪਾਣੀ ਦੀ ਰੋਕਥਾਮ ਕਰ ਸਕਦਾ ਬਾਰਿਸ਼ ਦੀ ਰੋਕਥਾਮ ਕਰ ਸਕਦਾ ਤੂਫਾਨ ਦਾ ਮੁਕਾਬਲਾ ਕਰ ਸਕਦਾ ਨਹੀਂ ਆ ਕੇ ਕਮਰਾ ਵਾ ਜਿਹਦੇ 'ਚ ਇਹਨਾਂ ਮਾਂ ਧੀਆਂ ਨੇ ਬੱਚਿਆਂ ਨੇ ਵੜ ਜਾਣਾ ਅਤੇ ਘਰ ਦਾ ਸਿਸਟਮ ਕਿਵੇਂ ਚੱਲਦਾ ਭੈਣ ਜੀ ਬਸ ਇੱਦਾਂ ਹੀ ਹੈ ਮਿਹਨਤ ਮਜ਼ਦੂਰੀ ਕਰਕੇ ਹੀ ਹੈ ਅਤੇ ਤੁਸੀਂ ਕੀ ਮਜ਼ਦੂਰੀ ਮੇਰੀ ਭੈਣ ਕਰਦੇ ਹੋ ਬਸ ਘਰਾਂ ਦਾ ਕੰਮ ਕਰ ਲਈਦਾ ਘਰਾਂ ਦਾ ਕੰਮ ਕਰਦੇ ਜੇ ਘਰਾਂ ਦਾ ਕੰਮ ਕਰ ਲਈਦਾ 400 ਕੋਈ ਦੇ ਦਿੰਦਾ ਕੋਈ 200 ਦੇ ਦਿੰਦਾ ਮਹੀਨੇ ਦਾ ਰੱਬ ਦਾ ਸ਼ੁਕਰ ਆ ਕਿ ਜਿਸ ਹਾਲ ਚ ਵੀ ਰੱਖੇ ਮੈਂ ਉਹਨਾਂ ਜਿਹੜੇ ਸਰਮਾਇਦਾਰ ਲੋਕ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਦੇਖੋ ਕਿ ਤੁਹਾਡੇ ਕੋਲ ਲਾ ਤਦਾਦ ਸਹੂਲਤਾਂ ਨੇ ਲੇਕਿਨ ਹੋ ਸਕਦਾ ਕਿ ਤੁਹਾਡੇ ਕੋਲ ਇਹ ਮੂੰਹ 'ਚ ਅਲਫਾਜ਼ ਨਾ ਨਿਕਲਦੇ ਹੋਣ ਕਿ ਰੱਬ ਦਾ ਸ਼ੁਕਰ ਕਿ ਅਦਾ ਕਰਦੇ ਨੇ ਇਹ ਗਰੀਬ ਜਿਹੜੇ ਨੇ ਉਹ 500 ਰੁਪਏ ਮਹੀਨੇ ਲੈ ਕੇ ਵੀ ਅਤੇ ਰੱਬ ਦਾ ਸ਼ੁਕਰ ਅਦਾ ਕਰਦੇ ਨੇ ਕਰਦੇ ਪਏ ਬੱਚੇ ਦੇ 3 ਲੱਖ ਰੁਪਈਆ ਲਾਇਆ ਵਾ ਮਰੀਜ਼ ਦੌਰੇ ਪੈਂਦੇ ਉਹ ਬੱਚਾ ਹੁਣ ਨਹੀਂ ਇੱਥੇ ਹੈਗਾ ਮੌਜੂਦ ਅੱਛਾ ਉੱਧਰ ਗਏ ਹੋਏ ਆ ਅੱਛਾ ਨਾਨੀ ਘਰ ਕੀ ਗੱਲ ਬੱਚੇ ਨੂੰ ਮਿਰਗੀ ਦਾ ਮਰੀਜ਼ ਆ ਮਿਰਗੀ ਇੱਕ ਐਸੀ ਮਰਜ਼ਾ ਜਿਹੜੀ ਤਮਾਮ ਉਮਰ ਸਾਥ ਜਾਂਦੀ ਆ ਅੱਲਾਹ ਤਾਲਾ ਮਾਫ਼ੀ ਦੇ ਰਹਿਮ ਕਰੇ ਤੇ ਜਦੋਂ ਇਹੋ ਜਿਹੇ ਮਾਹੌਲ 'ਚ ਰਹਿਣਾ ਵਾ ਤੇ ਲੋਕਾਂ ਦੇ ਬੱਚੇ ਦੀ ਬਿਮਾਰੀ ਦੇ ਸ਼ਿਕਾਰ ਹੋਣੇ ਆ ਨਾ ਤੇ ਭੈਣ ਜੀ ਅਸੀਂ ਆਮ ਜਿਹੇ ਇਨਸਾਨ ਆ ਤੇ ਤੰਦਰੁਸਤੀ ਤੁਹਾਡੇ ਵਾਸਤੇ ਅੱਲਾਹ ਦਾ ਸਪੋਰਟ ਆਈ ਆ ਫਰਿਆਸਾ ਲਿਆਓ ਜੀ ਤੇ ਮੇਰੀ ਬੇਟੀ ਪੜ੍ਹਦੀ ਆ ਇਹਨਾਂ ਦੀ ਪੜ੍ਹਾਉਣ ਦੀ ਖਾਤਰ ਮੈਂ ਕਹਿੰਦੀ ਅੱਲਾ ਮੀਆਂ ਸਾਡੀ ਤਾਂ ਜ਼ਿੰਦਗੀ ਜਿਹੜੀ ਹੈ ਹਾਲ ਚ ਗੁਜ਼ਰ ਗਈ ਹੈ ਇਹਨਾਂ ਦੀ ਅੱਛੀ ਗੁਜ਼ਰ ਜਾਵੇ ਅੱਛੀ ਗੁਜ਼ਰ ਮਾਂ ਦੀ ਤਮੰਨਾ ਹੈ ਦੇਖੋ ਉਸ ਮਾਂ ਨੂੰ ਸਲਾਮ ਪੇਸ਼ ਕਰਨਾ ਚਾਹੀਦਾ ਮਜ਼ਦੂਰੀ ਕਰਦੀ ਆ ਭੁੱਖ ਕੱਟਣ ਦੀ ਆ ਲੇਕਿਨ ਉਹ ਦਿਲ ਚ ਆਸ ਉਮੀਦ ਹੈ ਵਾ ਕਿ ਮੈਂ ਆਪਣੀ ਔਲਾਦ ਚ ਬਣਾ ਲਵਾਂ ਬਹੁਤ ਤੰਗੀਆਂ ਕੱਟੀਆਂ ਹਾਂਜੀ ਆਪਣੇ ਆਪ ਨੂੰ ਵੀ ਨਾ ਸਿਲੇ ਦੇ ਕੇ ਵੀ ਤੰਗੀ ਕੱਟੀ ਅੱਛਾ ਅੱਛਾ ਆਟਾ ਵੀ ਲਿਆ ਉਹਨਾਂ ਵਾਸਤੇ ਹੁਣ ਆ ਕੰਮ ਦਾ ਮਾਂ ਉਹ ਵੀ ਇਦਾਂ ਹੀ ਆ ਬਸ ਹੱਥ ਟੁੱਟ ਗਿਆ ਸੀ ਗੁੱਟ ਇਹਦੇ ਦੀ ਵਜ੍ਹਾ ਤੋਂ ਅੱਛੇ ਬਾਪ ਇਹਨਾਂ ਦੇ ਵੀ ਅੱਛਾ ਭੈਣ ਜੀ ਹੁਣ ਗੱਲ ਸੁਣੋ ਮੇਰੀ ਪਿਆਰ ਨਾਲ ਇਹਦੇ 'ਚ ਤਮਾਮ ਚੀਜ਼ਾਂ ਤੁਹਾਡੇ ਵਾਸਤੇ ਅੱਛੀਆਂ ਨੇ ਜਿਹੜਾ ਪੂਰਾ ਮਹੀਨੇ ਤੁਹਾਡਾ ਰਾਸ਼ਨ ਕੰਮ ਆਏਗਾ ਇਨਸ਼ਾ ਤਾਲਾ ਕੋਸ਼ਿਸ਼ ਕਰਾਂਗੇ ਤੁਹਾਡੇ ਹਰ ਮਹੀਨੇ ਤੁਹਾਨੂੰ ਬਹੁਤਾ ਦੇਵੇ ਇਸ ਤੇ ਦੁਆ ਮੰਗਦੇ ਹਾਂ ਹਰ ਮਹੀਨੇ ਤੁਹਾਡਾ ਰਾਸ਼ਨ ਪਹੁੰਚ ਜਾਇਆ ਕਰੇਗਾ ਠੀਕ ਹੈ ਅੱਛਾ ਇਹ ਲਿਆਓ ਜੀ ਜ਼ਰਾ ਇੱਕ ਤੁਹਾਡੇ ਕੋਲ ਅਸੀਂ ਦਰਖਾਸਤ ਕਰਨ ਲੱਗੇ ਹਾਂ ਇਹ ਬਰਤਨ ਕਾਹਦਾ ਬਰਤਨ ਆ ਬਈ ਕੱਚੀ ਮਿੱਟੀ ਦਾ ਨਹੀਂ ਕਾਹਦੇ ਵਾਸਤੇ ਇਸਤੇਮਾਲ ਹੁੰਦਾ ਪਤਾ ਕੋਈ ਦੇਖੋ ਭਲਾ
ਮੁਰਗੀਆਂ ਵਾਸਤੇ ਵੀ ਹੁੰਦਾ ਸਾਲਣ ਵਾਲੀ ਹਾਂਡੀ ਉੱਪਰ ਰੱਖ ਸਕਦੇ ਨਹੀਂ 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 ਇਹ ਆ ਪਰਿੰਦਿਆਂ ਵਾਸਤੇ ਪਰਿੰਦਿਆਂ ਵਾਸਤੇ ਆ ਦੇਖੋ ਜਿੱਦਾਂ ਤੁਹਾਨੂੰ ਭੁੱਖ ਲੱਗਦੀ ਆ ਤੇ ਤੁਸੀਂ ਆਪਣੇ ਬੱਚਿਆਂ ਵਾਸਤੇ ਰੋਜ਼ੀ ਕਮਾਉਣ ਵਾਸਤੇ ਤਮਾਮ ਮੁਸੀਬਤ ਚੱਲ ਲੈਂਦੇ ਹੋ ਹਾਂਜੀ ਇਹ ਜਿਹੜੇ ਸਵੇਰ ਨੂੰ ਪਰਿੰਦੇ ਆਉਂਦੇ ਨਾ ਸਾਡੇ ਪਿੰਡਾਂ ਦੇ ਵਿੱਚ ਜੀ ਦੇਖਿਆ ਉੱਡ ਕੇ ਆਉਂਦੇ ਨੇ ਆਂਦੇ ਕਿਉਂ ਆਉਂਦੇ ਨੇ ਆਸ ਉਮੀਦ ਲੈ ਕੇ ਆਉਂਦੇ ਖਾਣੇ ਪੀਣੇ ਦੀ ਤਲਾਸ਼ ਚ ਆਉਂਦੇ ਨੇ ਠੀਕ ਹੈ ਇਹਦੇ ਵਿੱਚ ਪਾਣੀ ਰੋਟੀ ਵੀ ਪਾਈਦੀ ਆ ਹਾਂ ਇਹ ਚ ਪਾਣੀ ਵੀ ਪਾਉਣਾ ਵਾ ਰੋਜ਼ਾਨਾ ਚੋਗਾ ਵੀ ਪਾਉਣਾ ਵਾ ਜਦੋਂ ਤੁਸੀਂ ਪਾਓਗੇ ਨਾ ਤੇ ਤੁਹਾਡੇ ਘਰ ਚ ਖੈਰੋ ਬਰਕਤ ਆਏਗੀ ਤੁਹਾਡੇ ਘਰ ਰਿਜ਼ਕ ਦੀ ਕਮੀ ਆਏਗੀ ਠੀਕ ਹੈ ਹਾਂਜੀ ਤੇ ਇਹ ਮੇਰੀ ਭੈਣ ਜਿਹੜੀ ਆ ਇਹ ਤੁਹਾਡੇ ਵਾਸਤੇ ਰਿਕੁਐਸਟ ਆ ਕਿ ਇਹਨੂੰ ਰੋਜ਼ਾਨਾ ਪਾਣੀ ਚੇਂਜ ਕਰਨਾ ਵਾ ਠੀਕ ਤੇ ਤਰਾ ਹੀ ਹੋਰ ਕੀ ਕਰਨਾ ਚਾਹੁੰਦੇ ਹੋ ਠਹਿਰ ਜੋ ਮੈਨੂੰ ਦੱਸੋ ਨਹੀਂ ਠਹਿਰ ਜੋ ਦਾ ਤੇ ਤੂੰ ਮੇਰੀ ਧੀ ਤੇਰਾ ਕੀ ਨਾਮ ਹੈ ਗੁਲਾਮ ਫਾਤਮਾ ਗੁਲਾਮ ਫਾਤਮਾ ਤੂੰ ਪੜ੍ਹਦੀ ਹੈ ਅੱਛਾ 6ਵੀਂ ਵਿੱਚ ਪੜ੍ਹ ਤੂੰ ਬਚਪਨ ਚ ਦੇਖਦੀ ਪਈਆਂ ਕਿ ਤੇਰੇ ਮਾਪਿਓ ਕਿੱਦਾਂ ਮਿਹਨਤ ਕਰਦੇ ਪਏ ਆ ਠੀਕ ਹੈ ਨਾ ਤੇ ਇਸ ਤਰ੍ਹਾਂ ਫਿਰ ਪੈਸੇ ਬਚਾਉਣੇ ਚਾਹੀਦੇ ਨਾ ਤੇ ਪੈਸੇ ਬਚਾਉਣ ਵਾਸਤੇ ਤੂੰ ਕੁਝ ਕਰਦੀ ਆ ਕੀ ਕਰਦੀ ਆ ਅਸੀਂ ਆਪਣੀ ਕਾਪੀਆਂ ਖੁਦ ਲੈ ਲੈਂਦੇ ਆ ਕੰਮ ਨਹੀਂ 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 ਪੈਸੇ ਜੋੜਨ ਵਾਸਤੇ ਕੁਝ ਕੀਤਾ ਕੀਤਾ ਤੂੰ ਪੈਸੇ ਜੋੜਨ ਵਾਸਤੇ ਕੋਈ ਗੱਲਾ ਗੁੱਲਾ ਬਣਾਇਆ ਕੋਈ ਹਾਂਜੀ ਗੱਲਾ ਰੱਖਿਆ ਘਰ 'ਚ ਲੈ ਕੇ ਆਪਣੇ ਕੋਲ ਲੈ ਕੇ ਆ ਬਚਪਨ ਦੇ ਵਿੱਚ ਅਸੀਂ ਵੀ ਗੱਲੇ ਜਿਹੜੇ ਨਾ ਬਣਾਏ ਹੁੰਦੇ ਸੀ ਇਧਰ ਆ ਮਿੱਤੀ ਆ ਹਲੇ ਖਾਲੀ ਹੋਇਆ ਇੱਥੇ ਆ ਨਾ ਇੱਧਰ ਇੱਧਰ ਮੇਰਾ ਬੇਟਾ ਇੱਧਰ ਇੱਧਰ ਆ ਆਂਟੀ ਸਾਹਿਬ ਇੱਧਰ ਕੀ ਨਾਂ ਤੇਰਾ ਗੁਲਾਮ ਗੁਲਾਮ ਫਾਤਮਾ ਦਾ ਇਹ ਗੱਲਾ ਜਿਹੜਾ ਵਾ ਨਾ ਤਮਾਮ ਬੱਚਿਆਂ ਵਾਸਤੇ ਇੱਕ ਮੈਸੇਜ ਆ ਕਿ ਉਹ ਗੁਰਬਤ ਦੇ ਬਾਵਜੂਦ ਕਿ ਉਹਦਾ ਘਰ ਕੋਈ ਨਹੀਂ ਗਾ ਉਹਦੇ 'ਚ ਜਜ਼ਬਾ ਹੈ ਕਿ ਮੈਂ ਕੁਛ ਬੱਚੇ ਕਰ ਸਕਾਂ ਜਿਹੜੇ ਲੋਕ ਬੱਚਤ ਕਰਦੇ ਨੇ ਉਹ ਅੱਗੇ ਜਾ ਕੇ ਮੁਸ਼ਕਲਾਂ ਦਾ ਸ਼ਿਕਾਰ ਨਹੀਂ ਹੁੰਦੇ ਤੇ ਤਾਰਾ ਜੀ ਇਹ ਗੱਲਾਂ ਤੁਹਾਡੇ ਸਾਹਮਣੇ ਆਇਆ ਵਾ ਇਸ ਬੇਟੀ ਦਾ ਮੈਨੂੰ ਨਹੀਂ ਪਤਾ ਤੁਸੀਂ ਕੀ ਕਰੋਗੇ ਇਹਨੂੰ ਇਸ ਮੈਂ ਕਰਾਂਗੇ ਆਪਣੇ ਦਿਲ ਨਾਲ ਜੋ ਮੇਰਾ ਦਿਲ ਕਰੇਗਾ ਹਾਂਜੀ ਹਾਂਜੀ ਔਰ ਇਹ ਮੇਰੇ ਹੱਥੋਂ ਪਹਿਲੀ ਦਫਾ ਇਹ 'ਚ ਮੈਂ ਪਾਵਾਂਗੀ ਹੈਲੋ ਜੀ ਇੱਕ ਹੈ ਲੋ ਜੀ ਬਰਕਤ ਪੈ ਜਾਏਗੀ ਬਰਕਤ ਪਈ ਜੀ ਇਹ ਦਿਓ ਆਪਣੀ ਬੇਟੀ ਨੂੰ ਹਾਂਜੀ ਇਹ ਦੇਖੋ ਜੀ ਇਹ ਦੇਖ ਕਿੰਨੀ ਬਰਕਤ ਪੈ ਗਈ ਅੱਲਾ ਪਾਕ ਨੇ ਬਰਕਤ ਪਾ ਦਿੱਤੀ ਨਾ ਹਾਂਜੀ ਇਹ ਲਓ ਮੇਰਾ ਬੇਟਾ ਇਹ ਲਓ ਇਹ ਬਣਾ ਲਓ ਅੱਲਾ ਮੀਆਂ ਨੇ ਬਰਕਤ ਪਾ ਦਿੱਤੀ ਨਾ ਮੇਰੀ ਬੇਟੀ ਵਾਸਤੇ ਹੈਂ ਮਿਹਨਤ ਕਰੀ ਪੁੱਤ ਤਲੀਮ ਹਾਸਲ ਕਰਨੀ ਆ ਔਰ ਤਲੀਮ ਹਾਸਲ ਕਰਾਂਗੀ ਮੇਰੇ ਪੁੱਤ ਜ਼ਿੰਦਗੀ ਬਦਲ ਜਾਏਗੀ ਠੀਕ ਹੈ ਤੇ ਇਹ ਗੱਲਾਂ ਹੁਣ ਪੜਨਾ ਵਾ ਹੈਂ ਅੱਲਾ ਮੀਆਂ ਪੜੇ ਇਸ ਮੌਕੇ ਤੇ ਮੈਂ ਉਹਨਾਂ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਜਿੱਦਾਂ ਅਸੀਂ ਕੋਲ ਆਣ ਕੇ ਬੈਠੇ ਆਪਣੀ ਭੈਣ ਕੋ ਕਦੀ ਕਦੀ ਗਰੀਬਾਂ ਦੇ ਕੋਲ ਆਣ ਕੇ ਬੈਠਿਆ ਕਰੋ ਉਹਨਾਂ ਦਾ ਦੁੱਖ ਦਰਦ ਜਾਣਨ ਦੀ ਕੋਸ਼ਿਸ਼ ਕਰੋ ਉਹਦੀ ਦੁੱਖ ਮੁਸੀਬਤਾਂ 'ਚ ਸੁਣੋਗੇ ਨਾ ਅਤੇ ਸ਼ਫਕਤ ਉਹਨੂੰ ਦਿਓਗੇ ਤਾਂ ਇੰਨਾ ਹੀ ਆਸਰਾ ਬਹੁਤ ਆ ਕਿ ਉਹਨਾਂ ਕੋਈ ਆਣ ਕੇ ਬੈਠ ਗਿਆ ਉਹ ਗਰੀਬ ਤਾਂ ਇੱਕ ਪਿਆਰ ਦੇ ਭੁੱਖੇ ਹੁੰਦੇ ਨੇ ਅਤੇ ਅਗਰ ਤੁਸੀਂ ਇਹਨਾਂ ਲੋਕਾਂ ਨਾਲ ਪਿਆਰ ਕਰੋਗੇ ਤਾਂ ਰੱਬ ਤੁਹਾਡੇ ਨਾਲ ਪਿਆਰ ਕਰੇਗਾ ਜੋ ਰੱਬ ਤੁਹਾਡੇ ਨਾਲ ਪਿਆਰ ਕਰੇਗਾ ਤੁਹਾਡੇ ਘਰ 'ਚ ਬਿਮਾਰੀ ਨਹੀਂ ਆਏਗੀ ਤੁਹਾਡੇ ਘਰ 'ਚ ਕੋਈ ਮੁਸ਼ਕਲ ਨਹੀਂ ਆਏਗੀ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਗਰੀਬ ਜਦੋਂ ਪਿਆਰ ਕਰੀਦਾ ਵਾ ਅੱਲਾ ਦਾ ਸਿਲਾ ਕੀ ਦਿੰਦਾ ਵਾ ਅਤੇ ਭੈਣ ਜੀ ਤੁਸੀਂ ਇਹ ਸ਼ੁਕਰੀਆ ਨਾਲ ਕਬੂਲ ਕਰੋ ਅਤੇ ਤੁਹਾਡੇ 'ਤੇ ਕੋਈ ਆਸਾਨ ਨਹੀਂ ਜੇ ਇਹ ਵੀ ਗੱਲ ਜੇ ਇਹ ਨਹੀਂ ਤੁਹਾਡੀਆਂ ਅੱਖਾਂ ਨੀਵੀਆਂ ਕਰਨਾ ਤੁਹਾਨੂੰ ਖਰਾਬ ਦੇਣਾ ਆ ਨਹੀਂ ਇਹ ਤੁਹਾਡੇ 'ਤੇ ਕੋਈ ਆਸਾਨ ਨਹੀਂਗਾ ਕੋਈ ਕਰਜ਼ ਨਹੀਂ ਮੇਰੀ ਭੈਣ ਜੀ ਠੀਕ ਹੈ ਹਾਂ ਜਿਹਨਾਂ ਨੇ ਭੇਜਿਆ ਵਾ ਉਹ ਸੱਤ ਸਮੁੰਦਰ ਪਾਰ ਬੈਠੇ ਆ ਉਹਨਾਂ ਸੇ ਦੁਆ ਕਰਨੀ ਆ ਕਿ ਅੱਲਾ ਪਾਕ ਉਹਨਾਂ ਵਾਸਤੇ ਆਸਾਨੀਆਂ ਪੈਦਾ ਕਰੇ ਅੱਲਾ ਪਾਕ ਉਹਨਾਂ ਵਾਸਤੇ ਜਾਨੋ ਮਾਲ ਵਾਸਤੇ ਆਸਾਨੀਆਂ ਪੈਦਾ ਕਰੇ ਠੀਕ ਹੈ ਮੇਰੀ ਭੈਣ ਜੀ ਚਲੋ ਬਹੁਤ ਸ਼ੁਕਰੀਆ ਜਿੰਦੇ ਵਾਸਤੇ ਰਹੋ ਅੱਲਾ ਹਾਫਿਜ਼।